ਹਾਂਜੀ ਬਾਬੇ ਕਿਵੇਂ ਸਾਰੇ ਤੇ ਸਵਾਗਤ ਆ ਸਾਰਿਆਂ ਦਾ ਨਵੀਂ ਵੀਡੀਓ ਚ ਆਪਣੀ ਤੇ ਅੱਜ ਦੀ ਵੀਡੀਓ ਵਧੀਆ ਹੀ ਘੈਂਟ ਆਗੀ ਐਂਟਰਟੇਨ ਵੀ ਆ ਥੋੜਾ ਜਿਹਾ ਵੀਡੀਓ ਚ ਤੇ ਵੀਡੀਓ ਹੈਗੀ ਹੈਗੀ ਕਿ ਆਪਾਂ 올ਡ ਸਿਸਟਮ ਆਗਾ 15 ਇੰਚੀ ਠੀਕ ਆ ਅਦਰ ਪਾਰਟੀ ਦਾ ਲੱਗਿਆ ਹੋਇਆ ਹੈਗਾ ਕਿਸੇ ਦਾ ਤੇ ਹਾਲਤ ਬਹੁਤ ਜ਼ਿਆਦਾ ਖਰਾਬ ਹੋ ਰਹੀ ਐ ਸਿਸਟਮ ਦੀ ਤੇ ਉਹਨੂੰ ਆਪਾਂ ਜਨਨ ਕੀ ਰੀਬੈਂਡ ਕਰਨਾ ਮੋਡੀਫਿਕੇਸ਼ਨ ਕਰਨੀ ਹੈ ਦੁਬਾਰੇ ਉਹਨੂੰ ਨਵਾਂ ਰੂਪ ਦੇਣਾਗਾ ਜਣੀ ਕਿ ਮਰੇ ਹੋਏ ਇਨਸਾਨ ਨੂੰ ਜਿਉਂਦਾ ਕਰਨ ਦੇ ਬਰਾਬਰ ਹੈਗਾ ਠੀਕ ਹੈ ਤੇ ਤੁਹਾਨੂੰ ਹਾਲਤ ਦਿਖਾਵਾਂਗੇ ਵੀ ਕਿਹੋ ਜਿਹੀ ਹੋ ਰਹੀ ਆ ਚਲੋ ਦੇਖੋ ਅੱਗੇ ਵੀ ਬਣਦਾ ਕੀ ਆ ਤੇ ਦਰਸ਼ਨ ਪਾਓ ਦੇਖੋ ਬਾਬਿਓ ਆ ਸਿਸਟਮ ਹਲੇ ਮੂਰੋ ਤਾਂ ਮੜਾ ਠੀਕ ਠਾਕ ਲੱਗਦਾ ਹੈ ਹਨਾ ਤੇ ਮੇਨ ਗੱਲ ਇਹਦੀ ਆ ਦੇਖੋ ਤੁਸੀਂ ਪਲਾਈਆਂ ਬੁਲਾਈਆਂ ਬਾਈ ਹੋ ਰਹੇ ਨੇ ਆਪੀ ਘਰੇ ਲਾਈਆਂ ਨੇ ਇਹਦੇ ਇਰ ਕਾਨੂੰ ਗੱਲ ਬਣਦੀ ਉਹ ਇੱਕ ਤਾਂ ਨਾ ਸਾਰੀ ਪੇਟੀ ਸੀਲਡ ਹੋਵੇ ਕਨਾਲ ਦੀ ਹੋਵੇ ਤੇ ਬਹੁਤ ਇਹਦੇ ਭਾਈ ਉਹ ਰੈਂਟ ਕਰਾਂ ਮਾਰੀਆਂ ਕਾਮਯਾਬ ਨਹੀਂ ਹੋਇਆ ਇੱਧਰਲੇ ਪਾਸੇ ਦੇਖੋ ਤੇ ਉਸ ਤੋਂ ਬਾਅਦ ਇਹਦੀ ਲੁੱਕ ਦੇਖਿਓ ਆ ਦੇਖੋ ਬਾਡੀ ਬੁੱਡੀ ਦੇਖੋ ਠੀਕ ਆ ਤੇ ਜਦੋਂ ਆਪਾਂ ਤਿਆਰ ਕਰਤਾ ਉਸ ਤੋਂ ਬਾਅਦ ਦੇਖਿਓ ਨਾ ਇਹਨੂੰ ਮੰਗਰ ਮੰਗਰੇ ਇਹਦੇ ਮਾਂ ਦੇ ਪੁੱਤਾਂ ਨੇ ਉਹੀ ਲਾ ਰੱਖਿਆ ਪੱਟੀ ਜਿੰਦੀ ਜਿਹੜੀ ਆਪਣੀ ਆ ਸੀਟ ਨਹੀਂ ਹੁੰਦੀ ਇਹ ਚ ਪੈਂਦੀ ਆ ਗੇਟਾਂ ਗੂਟਾਂ ਚ ਉਹ ਲਾ ਰੱਖੀ ਆ ਹੁਣ ਤੁਸੀਂ ਐਂ ਦੱਸੋ ਵੀ ਬੇਸਾਂ ਲੱਗੀਆਂ ਹੁਣ ਤੇ ਆ ਸੀਟ ਕਿਵੇਂ ਕੰਮ ਕਰੂਗੀ ਹਣਾ ਤਾਂ ਇਹਨਾਂ ਕੁਆਲਿਟੀ ਬਣਦੀ ਫੋਟੋ ਲੱਗੀ ਆ ਬਾਈ ਦੀਪ ਸਿੱਧੂ ਦੀ ਤੇ ਸੰਤਾਂ ਦੀ ਹੁਣ ਤੋਂ ਧਿਆਨ ਨਾਲ ਸੁਣ ਨੇੜੇ ਨੇੜੇ ਦੁਹਾਨ ਨੇ ਆ ਦੇ। ਵੀ ਇਹਦੇ ਹੁਣ ਸਾਨੂੰ ਸਾਰਾ ਦੱਸਣਾ ਵੀ ਕਿੰਨਾ ਖਰਚਾ ਇਹਦਾ A to Z ਕੰਮ ਹੀ ਕਰਨਾ ਆਪਾਂ ਇਕੱਲੇ ਦੇ ਬੂਫਰਾਂ ਤੋਂ ਕੰਮ ਲੈਣਾ ਜਾਂ ਪਲੇਅਰ ਤੋਂ ਕੰਮ ਲੈਣਾ ਇਹ ਪਲੇਅਰ ਦੀ ਬਾਟੀ ਬੁੱਟੀ ਸਾਰੀ ਨਵੀਂ ਲਾਉਣੀ ਜਿਹੜਾ ਉਹ ਮਾੜਾ ਮੋਟਾ ਸਮਾਨ ਪਊਗਾ ਨਾ ਪਲੇਅਰ ਤੇ ਵੀ ਆਪਾਂ ਪਾਉਣਾ ਇਹਦੇ ਨਹੀਂ ਕਿ ਇਕੱਲੇ ਬੂਫਰ ਤੇ ਪਲੇਅਰ ਦੀ ਕਿੱਟ ਤੇ ਹੀਟ ਸਿੰਕ ਇਹ ਚੀਜ਼ਾਂ ਤੋਂ ਕੰਮ ਲੈਣਾ ਹੋਰ ਏ ਟੂ ਜੈਡ ਸਭ ਨਵਾਂ ਪਾਉਣਾ ਠੀਕ ਆ ਮੈਂ ਤਾਂ ਬਾਈ ਨੂੰ ਕਿਹਾ ਵੀ ਨਵੀਂ ਲਵਾ ਲਾਣਾ ਤੇ ਬਾਈ ਕਹਿੰਦਾ ਇੰਨੇ ਪੈਸੇ ਨਹੀਂ ਲਾਉਣੇ ਤੇ ਮੈਂ ਕਿਹਾ ਬਾਈ ਇੱਥੇ ਵੀ ਉੰਨੀ ਲੱਗ ਜਾਣਗੇ ਨਾ ਚਲੋ ਅਗਲੀ ਇੱਛਾ ਕੀ ਹੁਣ ਆਪਾਂ ਲੱਗਦੇ ਆ ਅਗਲੇ ਕੰਮ ਵੱਲ ਨੂੰ ਇਹਨੂੰ ਕਰਕੇ ਤਿਆਰ ਜਲਦੀ ਜਲਦੀ ਉਦੋਂ ਬਾਅਦ ਚਾਰ ਸਿਸਟਮ ਆਪਾਂ ਨਵੇਂ ਦੇਣੇ ਆਗੇ ਚਾਰ ਬੂਪਰ ਵਾਲਾ ਤਿੰਨ ਬੂਪਰ ਵਾਲਾ ਦੋ ਦੋ ਬੂਪਰ ਵਾਲੇ ਮਿਲਦੇ ਆ ਬਸ ਰੋਜ ਆਏਗਾ ਨਹੀਂ ਇਹ ਵੀਡੀਓ ਹੁਣ ਬਾਬੇ ਲੋ ਬਾਬਿਓ ਕਰੋ ਚੈੱਕ ਘੈਂਟ ਘੈਂਟ ਚੀਜ਼ਾਂ ਦੇ ਦਰਸ਼ਨ ਕਰੋ ਦੇਖੋ ਕੀ ਹਾਲ ਹੋ ਰਿਹਾ ਸਿਸਟਮ ਦੇ ਬਾਬਿਓ ਜਿਵੇਂ ਮਨੋ ਵੀ ਮੈਨੂੰ ਵੀ ਸੋਚ ਹੋ ਰਹੀ ਹੈ ਵੀ ਇਹਨੂੰ ਕਿਵੇਂ ਚਲਾਵਾ ਠੀਕ ਆ ਜਿੱਦੜਾ ਥ ਮਾਰਦਾ ਚੂਈਆਂ ਦੀਆਂ ਮੀਂਗਣਾ ਜਾਲੇ ਜੱਪੇ ਤੇ ਆ ਫੀਟਿੰਗ ਦੇਖੋ ਬਾਬਿਆਂ ਨੇ ਸਹੀ ਕਰਿਆ ਪਿਆ ਕੰਮ ਤੇ ਜੋ ਕੱਲਿਆ ਦੋ ਸਭ ਉੱਪਰ ਮੈਨੂੰ ਐ ਲੱਗਦਾ ਵੀ ਮੜੇ ਜੇ ਕੰਮ ਦੇ ਨਿਕਲਣਗੇ ਠੀਕ ਆ ਪਲੇਅਰ ਦਾ ਵੀ ਸਾਰਾ ਕੰਮ ਹੋਣਾਗਾ ਤੇ ਪਲੇਅਰ ਦਾ ਐ ਮੰਨ ਕੇ ਚੱਲੋ ਵੀ ਕੱਲੀ ਬਿਜਲੀ ਪਲੇਟ ਤੇ ਆ ਹੀਟ ਸਿੰਕ ਤੋਂ ਕੰਮ ਲੈਣਾ ਬਾਡੀ ਬੁੱਡੀ ਸਾਰਾ ਕੁਝ ਨਵਾਂ ਲੱਗੂ ਆ ਕਾਰਡਕੂਡ ਵੀ ਨਵਾਂ ਲੱਗੂ ਠੀਕ ਆ ਤੇ ਆ ਸਪੀਕਰ ਛੋਟੇ ਠੀਕ ਆ ਟਵਿੱਟਰ ਜਾਨੀ ਕਿ ਤਾਰਾਂ ਤੋਂ ਲੈ ਕੇ ਬਾਪਿਓ ਸਾਰਾ ਕੁਝ ਨਵਾਂ ਲੱਗੂਗਾ ਮੈਨੂੰ ਐ ਲੱਗਦਾ ਵੀ ਚਲੋ ਆਹ ਕਨੈਕਸ਼ਨ ਵਾਲੀਆਂ ਪੱਤੀਆਂ ਤਾਂ ਸਹੀ ਆ ਜਰੀਆਂ ਹੀ ਪਈਆਂ ਹੋ ਸਕਦਾ ਇਹ ਵੀ ਨਵੀਆਂ ਨਾ ਲਾਉਣੀਆਂ ਪੈ ਜਾਣ ਤੇ ਐ ਮੰਨੋ ਵੀ ਸਾਰੀ ਕੰਮ ਹੋਊਗਾ ਬਾਡੇਲਾ ਠੀਕ ਆ ਤੁਸੀਂ ਹਾਲਤੋ ਦੇਖੋ ਬਾਪਿਓ ਵੀ ਬਸ ਇੱਕ ਨਾ ਜਵਾਬ ਨਹੀਂ ਦਿੰਦਾ ਬੰਦਿਆਂ ਨੂੰ ਵੀ ਬੰਦੇ ਚੱਲ ਵਧੀਆ ਸੀਗੇ ਨਾ ਆਏ ਤਾਂ ਆਪਣੇ ਕੋਲ ਪਹਿਲੀ ਵਾਰੀ ਜੀ ਕੇ ਬਾਈ ਹੋਰੇ ਬਾਈ ਹੋਰਾਂ ਨੂੰ ਵੀ ਮਲਾਵਾਂਗੇ ਵੀ ਕਿਤੇ ਇੰਨਾ ਸਾਹਮ ਕੇ ਰੱਖਿਆ ਤੁਸੀਂ ਤੇ ਵੀ ਗੱਲ ਆਏ ਵੀ ਜਵਾਬ ਜਾਣ ਦਿੱਤਾਗੇ ਵੀ ਨਹੀਂ ਇੰਨਾ ਮੱਥਾ ਮਾਰਨ ਨੂੰ ਨਾ ਜੀ ਨਹੀਂ ਕਰਦਾ ਕਿਉਂ ਪਤਾ ਕੀ ਬੰਨ ਬਣਾਉਣ ਨੂੰ ਬਾਬੇ ਵਿੱਚ ਕੁਝ ਨਹੀਂ ਹੁੰਦਾ ਠੀਕ ਆ ਇਹ ਤੇ ਖੇਚਲਾ ਜਾਦੇ ਆ ਜਾਣੀ ਹੈ ਕਿ ਤੇ ਹੁਣ ਇਹ ਤਾਂ ਹੈ ਨਹੀਂ ਕਿ ਵੇਣਾ ਪਰ ਨਵੇਂ ਦੇ ਹਿਸਾਬ ਨਾਲ ਪੈਸੇ ਮੰਗ ਲਾਂਗੇ ਸਮਾਨ ਸਾਰੀ ਨਵੇਂ ਮੰਗੂ ਬੇਜੂਗਾ ਇਹ ਠੀਕ ਹੈ ਇਕਲਾ ਦੋ ਬੇਸਾਂ ਤੇ ਪਲੇਟ ਕੰਮ ਦੀ ਇਹਦੀ ਹੋਰ ਸਾਰਾ ਇਹ ਤੁਜਾ ਇਹ ਸਮਾਨ ਨਵਾਂ ਪਊਗਾ ਤਾਰ ਬਹਿਰੇ ਤੋਂ ਲੈ ਗਿਆ ਨਾ ਤੇ ਭੇਟੀ ਵੀ ਨਵੀਂ ਲਾਉਣੀ ਆਗੀ ਭੇਟੀ ਬਾਈ ਹੋਰ ਨੇ ਆ ਦੇਖੋ ਆ ਆਪਣੇ ਪਲਾਈਆਂ ਲਾ ਕੇ ਨਾ ਇੱਧਰ ਸਕਰੂ ਸਕਰੂ ਲਾ ਕੇ ਪਿੱਛੇ ਤਾਂ ਮਾਂ ਦੇ ਪੁੱਤਾਂ ਨੇ ਨਾ ਇਹਦੇ ਆਹ ਉਹ ਲਾ ਰੱਖੀ ਹੈਗੀ ਮੰਗਰ ਆ ਦੇਖੋ ਪਤਲੀ ਜੀ ਜੋਨ ਦੀਦੀ ਹੋਊਗੀ ਜਿਹੜੀ ਆ ਅਲੂਮੀਨੀਅਮ ਦੇ ਗੇਟਾਂ ਗੂਟਾਂ ਚ ਨਹੀਂ ਪੈਂਦੀ ਹੁੰਦੀ ਸ਼ੀਸ਼ੇ ਛਾਤੇ ਫਾਈਬਰ ਜੀ ਪਾਣ ਦੇ ਥੱਲੇ ਉਹ ਲਾ ਰੱਖੀਆ ਮਾਂ ਦੇ ਪੁੱਤੇ ਵੀ ਜਿਗਾੜੀ ਹੈਗੇ ਬੰਦੇ ਕਰਾਈ ਗੁਰੂ ਇਹਦਾ ਕੰਮ ਕਰਦੇ ਹੈਗੇ ਤੇ ਮੈਨੂੰ ਤਾਂ ਇਹ ਤੋਂ ਵਲਕਤ ਆਈ ਜਾਂਦੀ ਹੈ ਪਹਿਲਾਂ ਤਾਂ ਇਹਨੂੰ ਸਾਰਿਆਂ ਨੂੰ ਸਾਫ਼ ਕਰਨਾ ਪਊਗਾ ਹਵਾ ਹਵਾ ਮਰਵਾ ਕੇ ਨਾ ਗਮਾਂਡੀਆਂ ਤੋਂ ਉਹ ਹਵਾਲੀ ਟੈਂਕੀ ਨਾਲ ਠੀਕ ਆ ਜਿਹੜੀ ਜ ਟੈਰਾਂ ਚ ਹਵਾ ਭਰਦੇ ਉਹਦੇ ਨਾਲ ਹਵਾ ਮਰਵਾ ਕੇ ਇਹਨਾਂ ਨੂੰ ਸਾਰਿਆਂ ਨੂੰ ਸੈੱਟ ਕਰਾਏ ਬੂਹਾਂ ਨੂੰ फेर ਇਹਨਾਂ ਨੂੰ ਹੱਥ ਲਾਉਨੇ ਆਂਗੇ ਤੇ ਆਪਾਂ ਪੇਟੀ ਕਰਨੀ ਹੈ 9 ਸਪੀਕਰਾਂ ਵਾਲੀ ਠੀਕ ਆ ਵੀ 9 ਸਪੀਕਰਾਂ ਚ ਵਧੀਆ ਸੋਹਣੀ ਲੱਗੂਗੀ ਹਨਾ ਬਾਈ ਨੂੰ ਮਖਾ ਯਾਰ 9 ਵਾਲੀ ਕਰ ਦਿੰਨੇ ਆ ਤੇ ਇੱਧਰ ਆ ਦੇਖੋ ਜਰਨਲ ਕੀ ਹਾਲ ਹੋਰ ਲੋ ਆਪਿਓ ਆ ਗਏ ਬੰਦੇ ਜਿਹੜਾ ਨੇ ਬਾਲਾ ਸਾਮੇ ਹੋਇਆ ਸੀਗਾ ਡੈਕ ਤੇ ਆਪ ਹੀ ਲੱਗੇ ਪਏ ਆ ਕੰਮ ਕਰਨ ਸਮਾਈ ਬਹੁਤ ਹਾਂ ਮੇਰਾ ਤਾਂ ਅੱਜ ਵੀ ਰਾਤ ਦਾ ਨਹੀਂ ਸੀ ਵੀ ਚੱਲ ਕੱਲ ਨੂੰ ਚਗਾ ਦਾਂਗੇ ਇਹ ਕਹਿੰਦੇ ਜੀ ਪਤਾ ਨਹੀਂ ਕਿੱਥੇ ਜਾਣਾ ਕਿੱਥੇ ਜਾਣਾ ਬਾਈ ਓਏ ਆਹ ਮੁੰਡੇ ਪਹਿਲਾਂ ਦਰਸ਼ਨ ਇਹਨਾਂ ਕਰੋ ਆਹ ਇਕੱਠਾ ਵਾਲੀ ਮਸ਼ੀਨ ਲੈ ਕੇ ਜਾਣਾ ਚੰਡੀਗੜ੍ਹ ਕੋਲ ਡੇਹਰਾ ਬਸੀ ਤੇ ਸਾਮ ਹੈ ਇੰਨਾ ਕਿ ਮੈ ਸੀ ਗਿਆ ਟੱਕ ਜੀ ਡੱਕ ਮੈਂ ਸਮਾਈ ਸਾਡੀ ਇਹੋ ਜੀ ਆ ਮੈਂ ਮਰ ਗੱਪਿਆਂ ਕੋਲ ਚੱਲਦੀਆਂ ਡ੍ਰੈਕਟਰ ਅੱਛਾ ਬਾਲਾ ਬਾਲਾ ਹੀ ਨਜਾਇਜ਼ ਹੀ ਸਾਮ ਰੱਖਿਆ ਜੀ ਸਮਾਈ ਸਾਡੇ ਇੱਕ ਚੀਜ਼ ਦੀ ਆਏ ਆ ਪ੍ਰਿੰਟਾਂ ਨੇ ਦੇਖ ਬਾਈ ਹੁਣ ਅਸੀਂ ਆਪ ਕੰਮ ਕਰੀ ਜਾਈਏ ਸਮਾਈ ਇਦੂ ਵੱਧ ਕੀ ਹੋ ਗਿਆ ਹਾਂ ਤੇ ਮੇਰੀ ਬਣ ਕੇ ਜੱਗੇ ਕੋਲੇ ਗੇਣਾ ਜ਼ਰੂਰ ਮਾਰਿਆ ਕਰੋ ਬੰਦਾ ਯਾਰਾਂ ਦਾ ਯਾਰ ਆ ਹਾਂ ਬੰਗਾਰ ਬੰਦਾ ਪੂਰਾ ਇਹਨਾਂ ਦਾ ਜਿਹੜਾ ਕੰਮ ਇੱਕ ਨੰਬਰ ਆ ਬੰਦੇ ਦਾ ਕੰਮ 'ਚ ਕੋਈ ਕਮੀ ਨਹੀਂ ਮਿਲੂ ਹਾਂ ਕੰਮ ਦਾ ਆਪਾਂ ਸਿਰਾ ਕਰਦੇ ਆਂਗੀ ਤੇ ਦੋਨੇ ਬੰਦੇ ਆਪਾਂ ਸਖਿਆਲੇ ਕੰਮ ਹੁਣ ਇਹਨਾਂ ਤੋਂ ਬਸ ਕਰਾਈ ਜਾਂਦੇ ਆ ਮਾੜ ਮਾੜ ਅਸੀਂ ਵੇਲੇ ਆ ਕਰਾਂਗੇ ਇਹਦੇ ਕੋਲੇ ਆਪਣਾ ਇਹ ਹਾਂ ਵੇਲੇ ਆ ਕਰਾਂਗੇ ਇਹਦੇ ਕੋਲ ਹਲਪ ਹੋਰਾ ਕੇ ਜਾਣਾ ਟੋਪੀ ਵਾਲਾ ਤਾਂ ਉਹ ਹੀ ਲੀਰਿੰਗ ਮਾਰੀ ਜਾਂਦਾ ਜਿਧ ਧੜਕੇ ਦਾ ਖਾਲੀ ਬੇਟੀ ਦੀ ਹੈ ਓਏ ਖਾਲੀ ਬੇਟੀ ਇਹਨੇ ਦੋ ਤਿੰਨ ਵਾਰੀ ਪੁੱਂਜਦੀ ਹੂ ਹੀ ਲੰਮਾ ਲਿਆ ਪਿਆ ਵੀ ਬਸ ਕਿਉਂ ਨਹੀਂ ਬੋਲਦਾ ਹਾਂ ਹਾਂ ਹੋਈ ਜਾਂਦਾ ਔਰ ਤੇ ਬਲੌਗ ਦਾ ਇਹਨਾਂ ਨੂੰ ਵੀ ਚਾਹ ਪੂਰਾ ਮਸ਼ਹੂਰ ਕਰਦਾ ਏ ਮੁੰਡਿਆਂ ਨੂੰ ਪਿੰਡ ਕਿਹੜਾ ਸਾਡਾ ਪਿੰਡ ਦੱਸੋ ਆਪ ਆਪਣਾ ਹਾਂ ਰਾਪੁਰ ਵੀ ਰਾਪੁਰ ਮੱਖਾ ਰਾਪੁਰ ਹਾਂ ਰਾਪੁਰ ਦੇ ਕਹਿੰਦੇ ਇਹ ਗੱਭਰੂ ਤੇ ਬਾਈ ਦਵਾਂ ਲੱਗਦੇ ਆਂ ਕਿ ਹੁਣ ਅਜੀ ਕਰਾ ਨਾ ਚਾਹ ਧਰ ਦੇਗੇ ਚਾਹ ਨੂੰ ਠੰਡ ਹੈ ਚਾਹ ਤੇਰੀ ਬਈ ਕਦੇ ਬਹੁਤ ਮਸ਼ਹੂਰ ਹੈ ਬਹੁਤ ਮਸ਼ਹੂਰ ਹੈ ਚਾਹ ਨਹੀਂ ਬਣਦੀ ਬੰਦੇ ਤੇ ਚਾਹ ਦੇ ਚਾਹ ਦੇ ਤਾਂ ਬਾਲੇ ਫੈਨ ਆ ਆਪਣੇ ਬੰਦੇ ਚਾਹ ਦੀ ਕਰੇ ਨਹੀਂ ਕੀ ਕੇ ਨਹੀਂ ਪਾਉਣਾ ਨਾ ਮਾਰ ਦਿਆ ਅਸਾ ਹਾਂ ਤੇ ਚਾਹ ਕਰੇ ਪੀ ਕੇ ਨੇ ਮੈਂ ਉੱਥੇ ਜਾ ਕੇ ਜੀਣਾ ਤੇ ਆਦੂ ਪੀ ਕੇ ਬਾਬੇ ਮਿਲਦੇ ਆ ਸਾਨੂੰ ਫਿਰ ਦੇਖਨੇ ਕੰਮ ਤਾਂ ਅਸੀਂ ਬਾਲਾ ਦਾ ਨਵੇੜਾ ਨਹੀਂ ਇੱਥੇ ਮਿਲਾਂਗੇ ਜਿੱਥੇ ਹੁਣ ਛੱਡ ਕੇ ਗਏ ਆਗੇ ਐ ਕੰਮ ਘੱਟ ਨਵੇੜਦੇ ਆ ਕੰਮ ਇੱਕ ਨੰਬਰ ਆ ਹਾਂ ਕੰਮ ਜਿੰਨਾ ਹੋਊ ਕਰਨਾ ਸ਼ੌਕ ਤੇ ਤੰਦ ਪਾਉਣਿਆ ਹਾਂ ਹੋਊ ਇੱਕ ਨੰਬਰ ਬਾਕੀ ਸਾਨੂੰ ਆਪਾਂ ਪਹਿਲਾਂ ਇਹਦੇ ਮੂਰਦਿੰਗੇ ਕਲਿੱਪਾਂ ਚ ਤੁਸੀਂ ਦੇਖ ਹੀ ਲਿਆ ਵੀ ਕੀ ਹਾਲ ਆ ਤੇ ਹੁਣ ਕੀ ਬਣੀ ਜਾਂਦਾ ਹਣਾ ਹਾਂਜੀ ਹੁਣ ਤਾਂ ਜਮਾ ਉਹੀ ਬਣੀ ਜਾਂਦਾ ਕਹਿੰਦੇ ਹੁੰਦੇ ਸ਼ੌਨੇ ਦਾ ਰੁਪਿਆ ਜ਼ਰੂਰ ਆਇਓ ਬਾਈ ਹਾਂ ਇੱਧਰ ਕਰ ਲੈ ਇੱਧਰ ਟੱਕ ਲੈ ਓਰੇ ਕੰਮ ਵਿੱਚ ਕੰਮ ਬਰਾਵਾ ਸੌਕਾ ਨਾਲ ਜਾਂਦਾ। ਬਾਕੀ ਬੰਦਾ ਜਿਵੇਂ ਦੂਜੇ ਲੋਕਾਂ ਦਾ ਟੱਕ ਬੰਦੇ ਹੁੰਦੇ ਇੱਕੇ ਜਾ ਕੇ ਗਾਹ ਘਰੂ ਮੱਚ ਜਾਂਦੇ। ਹਾਂ। ਕਿਵੇਂ ਇਹ ਕੰਮ ਨਹੀਂ। ਸਹੀ ਗੱਲ ਆ। ਉਹ ਵੀ ਜਾਂਦੇ ਯਾਰ। ਇਹ ਕਹਿੰਦੇ ਜੀ ਆਪੇ ਕਰ ਲਈਏ ਮੈਂ ਬਾਈ ਕਰ ਲਓ। ਹੂੰ। ਬਾਈ ਐਂ ਜੀ ਕਰਦਾ। ਬਾਈ ਹੋਰ ਵੀ ਕਿੰਨੇ ਬੰਦਿਆਂ ਕੋਲ ਜਾ ਕੇ ਐ ਸਾਡੇ ਇਧਰ ਮਾਨਸਾ ਲੇਦੇ ਆ। ਬੰਦੇ ਦੇਖ ਕੇ ਨਾ ਬੰਦੇ ਨੂੰ ਇੱਕ ਵਾਰੀ ਬੁਲਾ ਕੇ ਹੂੰ ਕਰਾਉਂ ਕਰਕੇ ਰਹਿ ਜਾਂਦੇ। ਹੂੰ। ਪਹਿਲੀ ਵਾਰੀ ਐ ਤੁਸੀਂ ਵੀ ਇਹ ਵੀ ਪਹਿਲੀ ਵਾਰ ਆਏ ਬਾਬੇ ਆਪਣੇ ਕੋਲ। ਚੱਲ ਲੱਗ ਗਿਆ ਬੰਦਾ ਇਹਦਾ ਬਾਕੀ ਜਿੰਨਾ ਵੀ ਸਿਸਟਮ ਹੈਗਾਗਾ ਜਮਾ ਪਾਉਂਦਾ ਜੈਨੂਅਲ ਹੂੰ ਜਦ ਬਣਾ ਦਈਏ ਨਮਾ ਇਹਨੂੰ ਫਿਰ ਚਾਪੀਗੇ ਮਾਰ ਦਈ ਬਾਈ ਬੇਸ ਮੁੱਕੀ ਜਦੋਂ ਸੀ ਇੱਥੇ ਹੁੰਦੇ ਉਹ ਡਾਇਨਾਸੌਰ ਵਾਲੀ ਵੇਚਾ ਕੇ ਦੇਖ ਕੇ ਹਾਂ ਹਾਂ ਇਹ ਉਹਦੇ ਬੰਦੇ ਮੰਨ ਗਏ ਆਪਾਂ ਨੇ ਉਹਦੇ ਉਹਦੇ ਬਾਈ ਡਾਇਨਾਸੌਰ ਚਲਾ ਕੇ ਦੇਖ ਗਿਆ ਡੈਕ ਤੇ ਅੱਧਾ ਪੌਣਾ ਘੰਟਾ ਹਾਂ 15 ਮਿੰਟ ਸੁਣੀ ਤਾਂ ਨਹੀਂ ਹਾਂ ਉਹਦਾ ਸਿਰਾ ਹੋ ਗਿਆ ਗੰਮ ਜਮਾ ਤੇ ਬਾਬੇ ਉਹਦੀ ਬੇਸ ਹੋਰ ਵੀ ਵੱਧ ਗਈ ਤੇ ਉਹਨਾਂ ਦੇ ਦੂਜੇ ਟਰੈਕਟਰ ਦੇ ਵੀ ਐ ਨਹੀਂ ਪਤਾ ਆਪਾਂ ਲਾ ਲਈਏ ਜੇ ਬਣ ਗਈ ਗੱਲਬਾਤ ਠੀਕ ਆ ਉਹ ਚੱਲੀ ਜਾਂਦੀ ਹੈ ਗੱਲਬਾਤ ਸਾਡੀ ਹੈਪੀ ਨਾਲ ਉਹਦਾ ਆਇਆ ਸੀ ਫੋਨ ਐ ਨਹੀਂ ਪਤਾ ਲਾ ਲਈਏ ਆਪਾਂ 5 7 ਨੰਨਾਂ ਨੂੰ ਮੌਕਾ ਦੇ ਦਿੱਤੀ ਥੋਨੂੰ ਦਿਖਾ ਦਿੱਤੀ ਉਹ ਰੇ ਕੀ ਆ ਉਹਦਾ ਨਾਮ ਪਤਾ ਨਹੀਂ ਡ੍ਰੈਗਨ ਡ੍ਰੈਗਨ ਹਾਂ ਤੇ ਬੱਸ ਹੁਣ ਇਹਦੇ ਚ ਮਾੜਾ ਮੋਟਾ ਕਰ ਲਈਏ ਦੋ ਪੈਸਿਆਂ ਦਾ ਕੰਮ ਤੇ ਫਿਰ ਮਿਲਦੇ ਅੱਗੇ ਬਾਕੀ ਬਾਈ ਤੋਰਦੇ ਸਾਨੂੰ ਟਾਈਮ ਤੋਰਦੇ ਬਸ ਹੁਣ ਤੁਸੀਂ ਆਪ ਹੀ ਕਰਨਾ ਮੈਂ ਤਾਂ ਕੀ ਕਰਨਾ ਬਾਬੇਓ ਜੀ 10 ਵਜੇ ਸਟਾਰਟ ਹੁੰਨੇ ਆ ਇਹ ਹਲੇ 10 ਬੱਦਾਂ ਦੇ ਟਾਈਮ ਰਹਿੰਦੇ ਹੈਗੇ ਰਾਤ ਦੇ ਦੁਪਹਿਰ ਦੇ ਨੀਂਹੇ ਰਹਾ ਹੋਇਆ ਬਾਰ ਕੋਸ਼ ਨਹੀਂ ਨਿੰਦਾ ਨਾ ਨਾ ਜਸੇ ਤੂੰ ਦਬਾ ਦੇ ਤਰੇ ਪੀਂ ਰਹੇ ਯਾਰ ਦਇ ਪੀ ਕੁਛ ਨਿੰਦਾ ਆ ਆਪਾਂ ਇੱਕ ਦੁਕਾਨਾ ਉੱਥੇ ਹੋਰ ਲੈ ਰੱਖੀ ਉਹ ਚ ਤਿੰਨ ਮੰਝੇ ਤਿੰਨ ਬਿਸਤਰੇ ਪਏ ਆ ਉੱਥੇ ਪੈ ਜਾਗੇ ਰੋਟੀ ਖਾਏ ਤੇ ਜੇ ਕੋਈ ਬੰਦਾ ਬਾਹਰੋਂ ਵੀ ਆਉਂਦਾ ਆਪਾਂ ਨੇਰਾ ਹੋ ਗਿਆ ਹਾਂ ਸਾਰੀ ਸਹੂਲਤ ਹਾਂ ਰਹਿਣ ਦੀ ਆਪਣੇ ਕੋਲ ਬਾਬੇ ਫੁੱਲ ਸਹੂਲਤ ਆ ਕਿ ਤੂੰ ਮਰਜੀ ਆ ਜੇ ਬੰਦਾ ਕੋਈ ਠੀਕ ਆ ਤੇ ਇੰਨਾ ਕੰਮ ਹੋ ਗਿਆ ਤਾਰਾ ਜੀ ਆਂ ਹੀ ਕਰਿਆ ਪਿਆ ਕੰਮ ਬਸ ਉਹਨੂੰ ਚਾਹ ਪੀ ਕੇ ਮੇਰੀ ਵੀ ਆ ਪਈ ਹੈ ਚਾ ਲੱਗਦੇ ਆਂ ਕਿ ਬਸ ਹੋਰ ਬਾਈ ਦੱਸੇ ਸਮਾਜਰ ਹਾਂ ਹਾਂ ਵੀ ਸਸ਼ਟਮਲ ਬਹੁਣਾ ਹਾਂ ਜਮਾ ਇੱਕ ਨੰਬਰ ਤੇ ਆਪਣਾ ਡਰਾ ਚੱਲੀ ਜਾਂਦਾ 299 ਵਾਲਾ ਉਹਦੇ ਬਾਰੇ ਕੀ ਖਿਆਲ ਹੈ ਦੱਸੇ ਦੀਆਂ ਹੂੰ ਜੇ ਸਿਰੀਆਂ ਬਾਤੀਆਂ ਚਾਰ ਪਰਚੀਆਂ ਇਹਨੂੰ ਦੇਣਾ ਫਿਰ ਚਾਰ ਬੂਹ ਪਰਾਂ ਵਾਲਾ ਹੈ ਟਰੈਕਟਰ ਨਾ ਮਾਰੇ ਕਿ ਮੈਂ ਥੋੜੇ ਦਿਨਾਂ ਤੱਕ ਵਾਸਾ ਹਾਂ ਨਵਾਂ ਟਰੈਕਟਰ ਦਵਾਉਣਾ ਇਹਨੂੰ ਬਾਈ ਨੂੰ ਉਦੋਂ ਬਾਅਦ ਫਿਰ ਆਪਾਂ ਸਿਸਟਮ ਪੂਰਾ ਸਰਾ ਲਵਾਂਗੇ ਹੂੰ ਬਾਕੀ ਬਾਜਦਾ ਹੈਗਾ ਬਾਈ ਹਾਂ ਤੇ ਬਾਬੇ ਫਰੀ ਕਰਤੀਆਂ ਪਰਚੀਆਂ ਬਹੁਤ 2 ਨਾਲ 1 ਫਰੀ 3 ਨਾਲ 2 4 ਨਾਲ 3 10 ਨਾਲ 10 ਫਰੀ ਹੈ ਤੁਸੀਂ ਐਂ ਹਿਸਾਬ ਲਾ ਲਓ ਵੀ ਜਿਹੜਾ ਦਾਅ ਪਾਊਗਾ 10 ਫਰੀ ਦੇਵਾਂਗੇ ਗੱਫੇ ਖੁੱਲਿਆ ਤੇ ਨੰਬਰ ਚੱਲੀ ਜਾਂਦਾ ਘਰ ਤੋਂ ਗੂਗਲ 'ਤੇ। ਹਾਂ। ਸਹੀ ਗੱਲ ਹੈ ਨਾ ਬਈ। ਹਾਂ। ਚੌਥੀ ਵਾਰੀ ਚਾਹ ਵੀ ਲਈ। ਆਇਆ। ਚੌਥੀ ਵਾਰੀ ਦੁਬਾਰੇ ਫੇਰ ਦੀ ਕਰੀ ਨਾ ਹੁਣ ਆ ਨਵੇਂੜ ਤੋਂ ਫਿਰ ਆਪਾਂ 20 ਮਿੰਟਾਂ ਨੂੰ ਬਣਾਵਾਂਗੇ। ਠੀਕ ਹੈ ਠੀਕ। ਜਦੋਂ ਤੇਰੇ ਲਈ ਚਾਹ ਨਹੀਂ ਬਣਦੀ ਤੇ ਮਰਜੀ ਹੋਟਲ ਦੇ। ਹਾਂ ਬਾਈ ਬਾਈ ਉਹਰੇ ਕਹਿੰਦੇ ਜਾਹ ਵਾਲੀ ਸਵੇਰ ਦੁੱਧ ਖੁੱਲ੍ਹਾ ਹੁੰਦਾ ਆਪਣੇ ਕੋਲੇ। ਚਾਹ ਲਈ। ਹੋਰ ਜੋਤੀ ਬਾਈ ਜਿਹੜੀ 12 ਕੋਹਾਂ ਨਹੀਂ ਬਣਉਂਦੀ ਬਣਦੀ। ਉਹ ਤੂੰ ਜਾਣਾਂ ਯਾਰ ਚਾਹ ਵੀ ਕੀ ਗਲਤ ਗੱਲ ਹੈ ਬਈ। ਲੋਵਾ ਬਿਓ ਕੰਮ ਡਨ ਹੋ ਗਿਆ ਜਮਾ ਪੇਟੀ ਵਾਲਾ ਠੀਕ ਆ ਡੈਕ ਰਹੇਗਾ ਬਾਈਆਂ ਦਾ ਡੈਕ ਦੇ ਬਾਡੀ ਬੂਡੀ ਪਾਉਣੀ ਆ ਉਹ ਸੈੱਟ ਕਰਾਂਗੇ ਆਪਾਂ ਤੇ ਮੁੰਡਾ ਬਾਹਰ ਤੁੰਦ ਦੇਖਦਾ ਫਿਰਦਾ ਜੀ ਬਈ ਤੁੰਦ ਦੇਖਦੇ ਬਹੁਤ ਤੁੰਦ ਪੈ ਗਈ ਅਜੂਰੀ ਰਹਿ ਪਿਓ ਚਾਈ ਐਨਾ ਹੁਣ ਤਾਂ ਚਲ ਸਿਸਟਮ ਆਪਣਾ ਤਿਆਰ ਹੋ ਗਿਆ ਹਨਾ ਤੇ ਬਾਕੀ ਆ ਬਈ ਕੋਲੇ ਸਾਰੇ ਹਾਂ ਜਿੰਨੇ ਵੀ ਜਿਵੇਂ ਵੀ ਸਿਸਟਮ ਲਵਾਉਣਾ ਬਾਕੀ ਆਪਾਂ ਹੁਣ ਚਲਾਉਨੇ ਆਂਗੇ ਹਾਂ ਤੇ ਉਹ ਦਵਾ ਦੇਖਦੇ ਤੇ ਬਾਈਆਂ ਦਾ ਸਾਰਾ ਨਵੇਂ ਵਾਲਾ ਕੰਮ ਹੀ ਹੋ ਗਿਆ ਬੂਫਰ ਵੀ ਖਰਾਬ ਨਿਕਲੇ ਬਾਬੇ ਇੱਥੇ ਜਰ ਪੈਰੀਏ ਕੁਝ ਜਿਹੜੇ ਬੰਦੇ ਨੇ ਬੰਨੇ ਸੀ ਨਾ ਇੱਥੇ ਪੇਪਰ ਉੱਪਰ ਨਹੀਂ ਪਾਇੀ ਜੀ ਕਵੈਲ ਲੱਗਦੀ ਸੀ ਇੱਕ ਪਾਸੇ ਤੇ ਆਹ ਪੁਰਾਣੇ ਬੰਨੇ ਮਤਲਬ ਹੈ ਨਾ ਇੱਕ ਬੂਫਰ ਮੈਨੂੰ ਐ ਲੱਗਦਾ ਵੀ ਜਿਵੇਂ ਬੰਦੇ ਨੇ ਪੁਰਾਣਾ ਬੰਨ ਕੇ ਲਾਇਆ ਹੁੰਦਾ ਤੇ ਆ ਹੁਣ ਪਲੇਅਰ ਨੂੰ ਦੇਖਦੇ ਆਂ ਬਾਬੇ ਦੀ ਕਿਰਪਾ ਨਾਲ ਇਹ ਸਹੀ ਚੱਲੇ ਹਾਂ ਜੀ ਯਾਰ ਆਪਾਂ ਤੇ ਮੀ ਪ੍ਰਾਮ ਆਲੀ ਗੱਲ ਕੀਤੀ ਆ ਸਾਰਾ ਸਹੀ ਹੋ ਗਿਆ ਹਾਂ ਤੇ ਪੇਟੀ ਹੁਣ ਪਾਈਆਂ ਦੀ ਜਮੀ ਨਵੀ ਹੋਗੀ ਤਾਰ ਤੋਂ ਲੈ ਕੇ ਏ ਟੂ ਜ਼ेड ਆਪਣੀ ਜ਼ਿੰਮੇਵਾਰੀ ਹੋਗੀ ਪੇਟੀ ਦੀ ਠੀਕ ਆ ਤੇ ਜੇ ਕੱਲ੍ਹ ਕਲਾ ਨੂੰ ਡੈਕ ਚ ਨੋਕਸ ਪੈਂਦਾ ਆਪਾਂ ਉਹ ਵੀ ਨਵਾਂ ਹੀ ਲਾ ਦਾਂਗੇ ਤੇ ਤੁਹਾਨੂੰ ਦਿਵਾਲੀ ਆਈ ਨਹੀਂ ਪਤਾ ਇਹ ਉਰੀ ਰਹਿ ਪੈਣਾ ਹਨਾ ਮਰਜੀ ਆ ਭਰਾ ਜੀ ਹਾਂ ਪਤਾ ਪਾਈਆਂ ਨੂੰ ਤੇ ਹੁਣ ਇਹਨੂੰ ਛੇੜਦੇ ਆਂਗੇ ਆਪਾਂ ਤੇ ਇਹਦੇ ਪਲੱਗ ਬਣਾਉਣੇ ਆਗੇ ਪੇਟੀ ਦੇ ਕੰਮ ਜਮਾ ਇੰਦਾਗਾ ਸਿਸਟਮ ਬਾਈ ਇੱਥੋਂ ਲਵਾਓ ਯਾਰ ਹਾਂ ਤੇ ਬਾਕੀ ਆਪਾਂ ਲੈਨ ਸਾਈਡ ਦਾ ਕੋਈ ਚੱਕਰ ਨਹੀਂ ਹਾਂ ਸਾਰਾ ਬਾਈ ਉਰੇ ਹੈਗਾ ਕਿ ਆਪਣੇ ਭਰਾ ਨੇ ਹੁਣ ਜਿਵੇਂ ਵੀ ਆਖਿਆ ਕਹਿੰਦਾ ਘਰੇ ਨਹੀਂ ਜਾਣਾ ਹਾਂ ਤੇ ਉਰੇ ਰਹਿ ਕਹਿੰਦਾ ਸਾਰਾ ਕੱਲ ਨੂੰ ਆਪਾਂ ਟਰੈਕਟਰ ਦੇਖਣ ਵੀ ਜਾਣਾ ਨਾ ਬਾਈ ਕੱਲ ਨੂੰ ਮੰਡੀ ਤੇ ਆ ਰਿਹਾ ਤੈਨੂੰ 58 11 ਦਾ ਵਾਕੀ ਲੈਣਾ ਹਾਂ ਐ ਨਹੀਂ ਪਤਾ ਬਾਪੇ ਜੇ ਬਣ ਗਿਆ ਕੰਮ ਲੈ ਵੀ ਹੈਗੇ ਠੀਕ ਆ ਹੁਣ ਟਰੈਕਟਰ ਵਧੀਆ ਲੈਣਾ ਪਰ ਟਰਾਈ ਮਾਰ ਕੇ ਛੌਂਗਣਾ ਲੈ ਕੋਈ ਕਾਲੀ ਵੀ ਨਹੀਂ ਦੋ ਮੰਡੀਆਂ ਦੇਖ ਲਾਂਗੇ ਨਾ ਕੱਲ ਨੂੰ ਇਦਵਾਰ ਦਾ ਹੋ ਸਕਦਾ ਵੀਡੀਓ ਮੰਡੀ ਦੀ ਆਵੇ ਚੱਲ ਕਰੀਏ ਤਿਆਰ ਅਪਾ ਸਵੇਰੇ ਜਾਣਾਗਾ ਤੇ ਗਾਂ ਵੀ ਚੱਲਾਂਗੇ ਹੋਰ ਵੀ ਟਰੈਕਟਰ ਖੜਾ ਪੁੱਛ ਦੇ ਹਾਂ ਤੇ ਚਲੋ ਨਾ ਲੈਣਾ ਨਾਟ ਘੈਰੀਆਂ ਆਪਾਂ ਸਿੱਧੂ ਦੇ ਫੈਨ ਆ ਉਹੀ ਚੀਜ਼ ਰੱਖਣੀ ਬਸ ਉਹ ਵੀ ਨਾਟ ਘੈਰੀ ਚੀਜ਼ ਹਾਂ ਉਹੀ ਨਾਟ ਘੈਰੀ ਆ ਹਾਂ ਤੇ ਡਾਕਟਰ ਹਾਂ ਦੇਖਾਂ ਹਾਂ ਤੇ ਇਹਨੂੰ ਹੁਣ ਪਲੱਗ ਬਲੱਗ ਲਾ ਲਈਏ ਹਾਂ ਬਾਬੇ ਬਾਈ ਉਹਨਾਂ ਨੇ ਕਿਹਾ ਜੀਪ ਚ ਫਿੱਟ ਕਰਤਾ ਕਹਿੰਦੇ ਜਾਂਦੇ ਹੋਏ ਸੁਣਦੇ ਜਾਵਾਂਗੇ ਮੈਂ ਤਾਂ ਰਹਿਣ ਨੂੰ ਆਖਿਆ ਜੀ ਇਹ ਕਹਿੰਦੇ ਹੁਣੀ ਜਾਣਾ ਸੀ ਗਰਾਰੀ ਅੜ ਗਈ ਠੀਕ ਆ ਬਾਕੀ ਦੇਖ ਲੈ ਇਹਨੂੰ ਪਤਾ ਰੱਖ ਲੈ ਇਹਨਾਂ ਨੂੰ ਕਿਹਾ ਜੀਪ ਚ ਫਿੱਟ ਕਰਤਾ ਤੁਹਾਨੂੰ ਦਿਖਾਉਂਦੇ ਐਂਪੀਅਰ ਕਿੰਨੇ ਲੰਘਦਾ ਤਾਂ ਕਿ ਜੀਪ ਦੀ ਵੀ ਸੂਈ ਹਿਲਦੀ ਆ ਜੱਜਾ ਕਿਵੇਂ ਵੜ ਗਈ ਕੁਆਲਿਟੀ ਹੈ ਐਂਪੀਅਰ ਵਾਲੀ ਸੂਈ ਆ ਦੇਖ ਬਾਈ ਬੜਾ ਇੱਧਰ ਦੀ ਤੇ ਸਾਰਾ ਜਿਵੇਂ ਹੈਗਾ ਵੀ ਜਮਾ ਸਰਾਇਆ ਪਰ ਤੂੰ ਬੰਦਾ ਉਦੋਂ ਵੀ ਸਾਰਾ ਹਾਂ ਮਾ ਕੇ ਤੇ ਐ ਕੁਤੂ ਬੰਦਾ ਮਾਰ ਨਹੀਂ ਮਾਰਗੇ ਬਸ ਹਾਂ ਇਹ ਪਹਿਲਾਂ ਪੁਰਾਣਾ ਸੀ ਆਪਾਂ ਸਾਰਾ ਹੀ ਪਤਾ ਦੇ ਕਰ ਕੀ ਹੁਣ ਜਸੇ ਡਿੱਕ ਪਿੱਛੇ ਕਾ ਨੂੰ ਕੱਥੇ ਛੱਡਣਾ ਤੇ ਨਾਲ ਹੀ ਗਾਰੰਟੀ ਦਿੰਦੇ ਹੋਗੇ ਆਪਾਂ ਹਾਂ ਜੀ ਹਾਂ ਜੀ ਤੇ ਬਾਈਆਂ ਦਾ ਵਧੀਆ ਸਿਸਟਮ ਬਣਾਦਾ ਸਾਨੂੰ ਮੂਰੋਂ ਦਿਖਾਉਣਾ ਜਾ ਕੇ ਤੇ ਆਪ ਸਟicker ਇਹਨਾਂ ਨੇ ਜਿੰਨੇ ਪੰਤੇ ਸੀ ਸਾਰੇ ਪੰਤੇ ਮੈਨੂੰ ਕਹਿੰਦੇ ਕੱਢ ਦੇ ਤੇ ਸਾਰੇ ਪੰਤੇ ਲਾਵਾਂਗੇ ਹੂੰ ਤਾਂ ਮੈਂ ਦੋ ਹੀ ਲਾਉਣਾ ਹੁੰਦਾ ਆਹ ਲਾਇਆ ਕਰ ਹੁਣ ਤਾਂ ਆਮ ਹਰੇ ਕੇ ਦੇ ਦੋ ਆ ਜੀ ਬੰਦਾ ਮੈਂਗਾ ਦਾ ਬਾਈ ਤਾਂਹੀਂ ਤਾਂ ਘੱਟ ਲਾਇਆ ਤੇ ਕਿ ਤਾਈਓ 2:30 ਵਜ ਗਏ ਭਰਾ ਜੀ ਸਾਰੇ ਆਏ ਸੀ ਹਨਾ ਪਲੇਟਾਂ ਵਾਲੇ ਜਿੰਨੇ ਵੀ ਸੀਗਾ ਹਾਂ ਰਾਤ ਦੇ ਬਾਬੇ 2:30 ਵਜ ਗਏ ਇਹ ਵੀ ਨਹੀਂ ਕੁਸਕੇ ਆਪਾਂ ਵੀ ਨਹੀਂ ਕੁਸਕੇ ਹਲੇ ਵੀ ਨਹੀਂ ਕੁਸਕਦੇ ਹਲੇ ਇਹਨੂੰ ਜੀਪ ਚ ਫਿੱਟ ਕਰਨਾ ਇਹ ਕਹਿੰਦੇ ਉਰੀ ਰਹਿਣਗੇ ਆਪਣੇ ਕੋਲੇ ਤੜਕੇ ਜਾਣਗੇ ਜਦੋਂ ਕਹਿੰਦੇ ਸੁਣਦੇ ਜਾਵਾਂਗੇ ਜੀ ਟਰੈਕਟਰ ਦੇ ਤਾਂ ਪਰਸੋਂ ਜਾ ਕੇ ਫਿੱਟ ਕਰਨਗੇ ਆ ਦੇਖੋ ਪੂਰਾ ਦੇਖੋ ਲੱਕ ਡੱਕ ਵੀ ਹਨੇਰਾ ਜਾ ਹੋ ਰਿਹਾ ਥੋੜਾ ਜਿਹਾ ਤੇ ਹੁਣ ਇਹਨਾਂ ਨਾਲ ਬਾਈਆਂ ਨਾਲ ਫਿੱਟ ਕਰਾਉਣੇ ਆ ਜੀਪ ਚ ਤੇ ਇਹਦੋਂ ਅਗਲੀ ਵੀਡੀਓ ਹੋਰ ਕਿਸੇ ਘੈਂਟ ਜੇ ਕੰਮ ਦੀ ਲੈ ਕੇ ਆਵਾਂਗੇ ਸਿਸਟਮ ਦੀ ਲੈ ਕੇ ਆਉਣੀ ਹੈ ਹੋਰ ਤਾਂ ਆਪਾਂ ਕੀ ਹਨਾ ਕਰਨਾਗਾ ਤੇ ਬਸ ਸਿਰਾ ਲਾ ਦਾਂਗੇ ਬਸ ਤੁਸੀਂ ਯਹੀ ਪਿਆਰ ਸਪੋਰਟ ਸ਼ੇਅਰ ਲਾਈਕ ਕਰਦੇ ਰਹੋ ਤੇ ਮਿਲਦੇ ਆ ਅੱਗੇ ਘੈਂਟ ਜੀ ਵੀਡੀਓ ਨਾਲ ਲਵ ਯੂ ਹੈ ਜਟੋ